ਲਓ ਵੀਰੇ ਡੈਸ਼ ਕੈਮ ਦੀ ਵੀ ਸਲਾਹ ਸਲੂ ਕਰਕੇ ਮੁੰਡਿਆਂ ਨੇ ਫਾਈਨਲ ਕਰ ਲਈ। ਲਓ ਵੀਰੇ ਲੇਟ ਪਹਿਲਾਂ ਹੀ ਸੀ, ਇੱਕ ਹੋਰ ਕੰਮ ਹੋਇਆ ਪਿਆ ਗਾ, ਇਹ ਟਰਾਂਸਪੋਰਟ ਦੌਰਾਨ ਟੁੱਟ ਗਿਆ ਉਹ, ਪਰ ਹੋਰ ਪੀਸ ਮੰਗਾ ਰਹੇ ਨੇ ਬਾਈ, ਕਹਿੰਦੇ ਹੋਰ ਲਾ ਦਾਂਗੇ। ਲਓ ਵੀਰੇ ਅਲੋਏ ਕਾ ਵੀ ਕੱਢਿਆ ਸੀ ਪਰ ਇਹ ਆਪਣੀ ਗੱਡੀ 'ਚ ਫਿੱਟ ਨਹੀਂ ਹੋਇਆ, ਜਾਂ ਬਾਕੀ ਸਮਾਨ ਸਮੂਨ ਐਡ ਕਰਕੇ ਬਿੱਲ ਬਣਾਤਾ ਇਹਨਾਂ ਨੇ 14,000, ਟੋਟਲ ਬਣ ਗਿਆ 10,950। ਖੁਸ਼ ਹੈ ਇੰਨੇ ਪੈਸੇ ਲਵਾ ਕੇ ਮੇਰੇ? 285/40R22 ਕੀ ਆ, ਕੈਮਰਾ ਆਪਣਾ ਲੱਗ ਗਿਆ, ਓਕੇ ਹੋ ਗਿਆ, ਤੁਹਾਨੂੰ ਕੁਆਲਿਟੀ ਚੈੱਕ ਕਰਾਉਂਦੇ ਹਾਂ, ਉਹ ਤਾਂ ਟਾਈਮ ਪਾਸ ਆ। ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਨਿਊ ਵਲੌਗ। ਉੱਤੋਂ ਧੁੱਪ ਅਤੇ ਗਰਮੀ ਨੇ ਸਿਰਾ ਲਾ ਰੱਖਿਆ, ਬਹੁਤ ਜ਼ਿਆਦਾ ਗਰਮੀਆਂ ਯਾਰ। ਅੱਜ 9:08 ਹੋਏ ਨੇ, ਸੂਰਜ ਪੂਰਾ ਟੋਪੋ ਟੋਪ ਆ, ਅਤੇ ਹੁਣ ਆਪਾਂ ਚੱਲੇ ਸੀ ਲੁਧਿਆਣੇ। ਇੱਕ ਤਾਂ ਆਪਾਂ ਬਲੈਰੋ ਦੀ ਸੈਕਿੰਡ ਕੀ ਫੜਾਉਣੀ ਸੀ, ਅਤੇ ਇੱਕ ਆਪਾਂ ਨੂੰ ਇਹਦਾ ਕੰਮ ਸੀ ਦੂਜੀ ਆਪਣੀ ਨਵੀਂ ਗੱਡੀ ਦਾ। ਬਾਕੀ ਆ ਨਿੱਕੇ ਮੋਟੇ ਕੰਮ ਆਪਾਂ ਕਰਾ ਲਏ ਸੀ, ਜਿਵੇਂ ਆ ਮੈਟ ਲਵਾ ਲਏ, ਬਾਕੀ ਲੋਗੋ ਚੈੱਕ ਕਰ ਸਕਦੇ ਹੋ ਮੈਟ 'ਤੇ, ਇਹ ਚੀਜ਼ ਮੈਨੂੰ ਬੜੀ ਘੈਂਟ ਲੱਗੀ ਯਾਰ, ਲੋਗੋ ਬੜਾ ਸੋਹਣਾ ਗਾ। ਅਤੇ ਹੁਣ ਇਹਦੀ ਮਾਰਦੇ ਹਾਂ ਸੈਲਫ, ਅਤੇ ਮਹਾਰਾਜ ਕਰ ਰਿਹਾ ਆਪਣੀ ਵੇਟ ਧੂਰੀ ਵੇਟ ਕਰ ਰਿਹਾ ਗਾ, ਅਤੇ ਉਹਨਾਂ ਨੂੰ ਪਿੱਕ ਕਰਦੇ ਹਾਂ, ਉਦੋਂ ਬਾਅਦ ਚੱਲਦੇ ਹਾਂ ਲੁਧਿਆਣੇ। ਇਹਦਾ ਫੋਗ ਲੈਂਪਾਂ ਦਾ ਕੰਮ ਸੀ, ਅਤੇ ਬਾਕੀ ਇਹਦੀਆਂ ਕੈਮਰਾ ਲਵਾਉਣ ਵਾਲਾ, ਇਹਦਾ ਪਿਛਲਾ ਉਹ ਅੱਜ ਲਵਾ ਲਿਆਵਾਂਗੇ, ਅਤੇ ਅਲੋਏ ਦਾ ਹੋ ਸਕਦਾ ਸ਼ਾਮ ਤੱਕ ਕੋਈ ਡਿਸੀਜ਼ਨ ਆ ਜੇ, ਅਲੋਏ ਦਾ ਵੀ ਆਪਾਂ ਜਲਦੀ ਹੋਈ ਲੈਂਦੇ ਹਾਂ ਡਿਸੀਜ਼ਨ। ਵੀ ਕਿਹੜਾ ਅਲੋਏ ਪਾਉਣਾ, ਹਾਲੇ ਤੱਕ ਫਾਈਨਲ ਹੀ ਨਹੀਂ ਹੋਇਆ ਵੀ ਕਿਹੜਾ ਅਲੋਏ ਪਾਉਣਾ। ਬਾਕੀ ਚਲੋ ਕੋਈ ਨਹੀਂ, ਚੱਲਦੇ ਹਾਂ ਧੂਰੀ, ਤੁਹਾਨੂੰ ਦਿੰਦਾ ਅੱਗੇ ਦੀ ਰਿਪੋਰਟ, ਉੱਥੇ ਚੱਲ ਕੇ ਉਹਨਾਂ ਨੂੰ ਵੀ ਪੁੱਛਦੇ ਹਾਂ, ਮਹਾਰਾਜ ਹੋਰਾਂ ਨੂੰ ਵੀ ਇੱਕ ਦੋ ਕੰਮ ਸੀ। ਬਾਕੀ ਆਪਾਂ ਇੱਕ ਹੋਰ ਗੁੱਡ ਨਿਊਜ਼ ਦੇ ਰਹੇ ਹਾਂ ਜਲਦੀ ਹੋਈ, ਉਹਦੇ ਲਈ ਤੁਸੀਂ ਸਾਨੂੰ ਜ਼ਰੂਰ ਸਪੋਰਟ ਕਰਿਓ, ਜਿਹੜੇ ਨੇੜੇ ਤੇੜੇ ਦੇ ਬੰਦੇ ਨੇ ਸੰਗਰੂਰ ਧੂਰੀ ਦੇ। ਆਪਾਂ ਇੱਕ ਕਾਰ ਵਾਸ਼ ਲੈ ਰਹੇ ਹਾਂ ਇੱਕ ਦੋ ਦਿਨਾਂ ਦੇ ਵਿੱਚ, ਅਤੇ ਜ਼ਰੂਰ ਆਪਣੀਆਂ ਗੱਡੀਆਂ ਉੱਥੋਂ ਵਾਸ਼ ਕਰਾ ਕੇ ਲੈ ਕੇ ਜਾਇਓ, ਮਤਲਬ ਜੇ ਸਰਵਿਸ ਵਧੀਆ ਲੱਗੀ ਤਾਂ ਕਰਾ ਲਿਓ, ਜੇ ਉਹ ਓਬੀਅਸਲੀ ਆਪਾਂ ਵਧੀਆ ਰੱਖਾਂਗੇ ਸਰਵਿਸ ਤਾਂ, ਜੇ ਨਾ ਵਧੀਆ ਹੋਈ ਯਾਰ ਨਾ ਕਰਾਇਓ, ਜੇ ਵਧੀਆ ਹੋਈ ਕੁਆਲਿਟੀ ਵਾਲਾ ਕੰਮ ਹੋਇਆ ਤਾਂ ਕਰਾਇਓ, ਮੇਰੇ ਕਹੇ 'ਤੇ ਕੋਈ ਕਰਾਉਣ ਦੀ ਲੋੜ ਨਹੀਂ ਆ, ਜੇ ਤੁਹਾਨੂੰ ਕੰਮ ਕੁਆਲਿਟੀ ਦਾ ਹੋਇਆ ਤਾਂ ਕਰਾਉਣਾ। ਲਓ ਵੀਰੇ ਆਪਾਂ ਪਹੁੰਚ ਚੁੱਕੇ ਹਾਂ ਧੂਰੀ, ਅਤੇ ਹੁਣ ਜਾ ਰਹੇ ਸੀ ਆਪਾਂ ਸੱਗੂ ਦੇ, ਆਪਣਾ ਥੋੜ੍ਹਾ ਜਿਹਾ ਕੰਮ ਅੜ ਗਿਆ, ਕੋਈ ਪਾਰਸਲ ਜਿਹੜਾ ਭੇਜਿਆ ਹੋਇਆ ਸੀ ਉਹ ਡੈਫ ਵਾਲਾ ਫਿਲਟਰ ਸਾਫ਼ ਹੋਣਾ, ਤੇਜ਼ੀ ਦਾ ਉਹ ਪੂਨੇ ਤੋਂ ਸਾਫ਼ ਹੋ ਕੇ ਆਉਣਾ ਸੀ, ਅਤੇ ਉਹ ਪਾਰਸਲ ਰਸਤੇ 'ਚ ਕਿਤੇ ਅੜਿਆ ਹੋਇਆ, ਉਹਦੇ ਕਰਕੇ ਹੁਣ ਇਹਦੇ ਨਾਲ ਗੱਲ ਕਰਨ ਚੱਲਿਆ ਵੀ ਕੀ ਹਿੱਲਾ ਕਰੀਏ ਉਹਦਾ। ਬਾਕੀ ਪਾਲਾ ਡਾਉਣ ਆ ਚੁੱਕਿਆ, ਕੀ ਹਾਲ ਆ ਵੀਰ ਤੇਰਾ? ਵਧੀਆ ਠੀਕ ਠਾਕ। ਮਾੜਾ ਉੱਚੀ ਬੋਲ ਪਿਆ ਕਰੋ ਵੀਰ, ਮਾੜਾ ਮੋਟਾ ਜੋਸ਼ ਤਾਂ ਹੋਵੇ ਨਾ ਬੰਦਿਆਂ 'ਚ ਬਾਈ। ਇਹ ਬੰਦਿਆਂ ਨੇ ਕਾਰ ਵਾਸ਼ ਖੋਲਣਾ, ਇਹ 'ਚ ਪਰ ਜੋਸ਼ ਹੈ ਨਹੀਂ, ਇਹ 'ਚ ਆਪਾਂ ਜੋਸ਼ ਭਰ ਕੇ ਰੱਖਣਾ ਗਾ, ਸਾਰੇ ਇਹਦੇ ਕਾਰ ਵਾਸ਼ 'ਤੇ ਜ਼ਰੂਰ ਪਹੁੰਚੋ। ਲਓ ਵੀਰੇ ਫਿਲਹਾਲ ਆ ਚੁੱਕੇ ਨੇ ਮੁੰਡੇ ਮਠਿਆਈ ਲੈਣ, ਕਹਿੰਦੇ ਗੁਰਸਿਮਰਨ ਕੇ ਘਰੇ ਡੱਬਾ ਦੇਣਾ। ਬਾਕੀ ਆ ਬੰਦਾ ਇੱਕ ਹੋਰ ਆ ਗਿਆ ਸੀ, ਇਹਨੂੰ ਮਿਲਾਉਣਾ ਭੁੱਲ ਗਏ, ਕੀ ਹਾਲ ਆ ਵੀਰ ਤੇਰਾ? ਵਧੀਆ ਠੀਕ ਆ ਵੀਰ, ਤੂੰ ਖੁਸ਼ ਆ? ਤੇ ਹੁਣ ਆ ਡੱਬਾ ਪੈਕ ਕਰਾ ਕੇ ਫਿਰ ਚੱਲਦੇ ਆ ਗੁਰਸਿਮਰਨ ਕੋਲ, ਤੇ ਉਦੋਂ ਬਾਅਦ ਦੇਖਦੇ ਆ ਉਹਨੂੰ ਪਿੱਕ ਕਰਕੇ ਸਿੱਧਾ ਲੁਧਿਆਣੇ, ਉੱਥੇ ਜਾ ਕੇ ਦੇਖਦੇ ਆ ਕੈਮਰੇ, ਫੋਗ ਲੈਂਪ, ਬਾਕੀ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਨੇ ਮੁੰਡਿਆਂ ਨੇ। ਕਾਰ ਵਾਸ਼ ਖੁੱਲਿਆ, ਉਹਦਾ ਵੀ ਸਮਾਨ ਲੈ ਕੇ ਆਉਣਾ ਥੋੜ੍ਹਾ ਜਿਹਾ, ਉਹ ਸਾਰੀਆਂ ਚੀਜ਼ਾਂ ਦੀ ਸ਼ੋਪਿੰਗ ਕਰਕੇ ਫਿਰ ਦੇਖਦੇ ਆ, ਨਹੀਂ ਪਤਾ ਸ਼ਾਮ ਨੂੰ ਲਾਏ ਦਾ ਸਰਪ੍ਰਾਈਜ਼ ਦੇ ਦਈਏ, ਦਿਨ ਦਾ ਦਿਨ ਢਲਦੇ ਲਾਏ ਦਾ ਸਰਪ੍ਰਾਈਜ਼ ਦੇ ਦਈਏ। ਲਓ ਵੀਰੇ ਮੁੰਡੇ ਫੇਰ ਨਿਕਲ ਚੁੱਕੇ ਨੇ, ਟਾਈਮ ਹੋ ਗਿਆ 11:37, ਤੇ ਆ ਬਾਈ ਜੀ ਆ ਚੁੱਕੇ ਨੇ ਆਪਣੇ ਨਾਲ। ਹੋਰ ਵੀਰੇ ਕੀ ਹਾਲ ਚਾਲ ਆ ਤੇਰਾ? ਵਧੀਆ ਠੀਕ ਠਾਕ ਆ। ਹੁਣ ਤੂੰ ਅੱਜ ਸਾਡੇ ਸਾਰੇ ਕੰਮ ਕਰਾ ਦੇਗਾ? ਸਾਰਾ ਫਾਈਨਲ ਕਰਕੇ ਅੱਜ ਤੋਂ ਬਾਅਦ ਆਪਾਂ ਹੁਣ ਲੁਧਿਆਣੇ ਨਹੀਂ ਜਾਣਾ ਹੈਗਾ ਛੇਤੀ, ਵੀ ਉਹ ਕਦੇ ਕੰਮ ਪੈ ਗਿਆ ਤਾਂ ਗੱਲ ਹੋਰ ਹੈ, ਵੀ ਗੱਡੀ ਦਾ ਕੰਮ ਅੱਜ ਫਾਈਨਲ ਹੋ ਜੇ ਠੀਕ ਹੈ, ਗੱਡੀ ਦਾ ਅੱਜ ਸਾਰਾ ਕਰਾ ਕੇ ਲੁਧਿਆਣੇ ਤੋਂ ਕੰਮ, ਉਦੋਂ ਬਾਅਦ ਆਪਣਾ ਰਹਿ ਜੂ ਲਾਏ ਤੇ PPF, ਉਹ ਆਪਾਂ ਅੱਗੇ ਦੇਖਦੇ ਹਾਂ ਕੀ ਬਣਦਾ ਹੈ, ਕਿਹੋ ਜਿਹਾ ਲਾਏ ਪਾਉਣਾ, ਲਾਏ ਆ ਡਿਸਾਈਡ ਨਹੀਂ ਹੋਇਆ। ਇਫ ਜੇ ਕਿਸੇ ਕੋਲ ਕੋਈ ਵਧੀਆ ਚੋਇਸ ਹੈਗੀ ਆ
ਤਾਂ ਪਲੀਜ਼ ਕਮੈਂਟਾਂ 'ਚ ਦੱਸ ਸਕਦੇ ਹੋ ਜਾਂ ਲਿੰਕ ਕੋਈ ਵੀ ਫੋਟੋ ਦਾ ਪੇਸਟ ਕਰ ਦਿਓ, ਅਸੀਂ ਆਪ ਹੀ ਖੋਲ੍ਹ ਕੇ ਦੇਖ ਲਾਂਗੇ। ਕੋਈ ਵੀ ਵਧੀਆ ਲਾਏ ਜੇ ਕਿਸੇ ਨੂੰ ਲੱਗਦਾ ਵੀ ਹਾਂ ਇਹ ਲਾਏ ਪਾਇਆ ਜਾ ਸਕਦਾ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ। ਬਾਕੀ ਅੱਗੇ ਜਾ ਕੇ ਤੁਹਾਨੂੰ ਲੁਧਿਆਣੇ ਦੱਸਦੇ ਹਾਂ ਕੀ ਗੱਲਬਾਤ ਹੈ। ਲਓ ਵੀਰੇ ਪਹੁੰਚ ਚੁੱਕੇ ਹਾਂ ਆਪਾਂ ਲੁਧਿਆਣੇ। ਲੁਧਿਆਣੇ ਵੀ ਕੀ ਬੱਸ ਆ, ਏਜੰਸੀ ਦੇ ਨੇੜੇ ਆ ਚੁੱਕੇ ਹਾਂ। ਪਹਿਲਾਂ ਇਹਨਾਂ ਨੂੰ ਪੁੱਛਦੇ ਹਾਂ ਕੈਮਰੇ ਦਾ ਕੀ ਸਿਸਟਮ ਆ, ਲਾਉਣਗੇ ਨਹੀਂ ਲਾਉਣਗੇ, ਕੀ ਕਰਦੇ ਆ। ਜਗ੍ਹਾ ਹੀ ਹੈ ਨਹੀਂ ਮੈਨੂੰ ਲੱਗਦਾ। ਅੱਛਾ ਪਿੱਛੇ ਲਾਉਣੀ ਚਾਹ ਰਹੇ ਇਸ ਤੋਂ? ਆਪਣੀ ਗੱਡੀ ਖੜੀ ਸੀ ਮਗਰ। ਉਹ ਹੈ ਕਿਹੜੀ? ਬਲੈਰੋ? ਬਲੈਰੋ, ਬਲੈਰੋ ਵੀ ਖੜੀ ਸੀ ਓਏ। ਬੈਕ ਕਰ, ਇਹ ਤਾਂ ਨਾਈਸ ਆ ਕੰਮ। ਫਿਰ ਕੋ ਇਹਨਾਂ ਦਿਖਾ ਦਿੰਨੇ ਬਲੈਰੋ। ਆ ਦੇ ਭੋਲਾ ਖੜਾ, ਦੇਖ ਉਹ ਦੇਖੀ। ਲੈ ਲੈ, ਖੁਸ਼ ਹੋ ਗਿਆ, ਖੁਸ਼ ਹੋ ਗਿਆ। ਲਓ ਵੀਰੇ ਆ ਬਲੈਰੋ ਹਲੇ ਤੱਕ ਇੱਥੇ ਤੁਰੀ ਫਿਰਦੀ ਆ। ਇਹ ਪਤਾ ਨਹੀਂ ਕਦੋਂ ਮੁੰਡਿਆਂ ਨੇ ਸੈਲ ਸੁਲ ਕਰਨੀ। ਇੱਧਰ ਸਾਡੇ ਕੈਮਰੇ ਦੀ ਡੀਲ ਹੋ ਜੂ ਬਾਈ? ਅੱਜ ਹੋਊਗੀ ਬਾਈ, ਮਗਰ ਪੁੱਛ ਬੰਦੇ ਨੂੰ। ਮਗਰ ਤਾਂ ਕੀ ਪੁੱਛਣਾ, ਉਹ ਤਾਂ ਚੱਲਿਆ, ਉਹ ਤਾਂ ਬਲੈਰੋ ਦੀ ਡੀਲ ਕਰਨ ਨੂੰ ਫਿਰਦਾ। ਲੈ ਆ ਜਾ, ਉਹ ਭੱਜ ਗਿਆ। ਲੈ ਇਹ ਕਿਹੜਾ ਕੈਮਰਾ ਲਾਊ ਯਾਰ, ਇਹ ਤਾਂ ਆ ਗਿਆ। ਲਓ ਵੀਰੇ ਫਿਲਹਾਲ ਮੁੰਡੇ ਆ ਕੇ ਖੜ ਚੁੱਕੇ ਨੇ ਸ਼ਾਪ ਤੇ, ਤੇ ਫੋਗ ਲੈਂਪ ਕਢਾ ਲਏ। ਹੁਣ ਇਹਨਾਂ ਦੇ ਬਸ ਕੈਪ ਜੇ ਰਹਿੰਦੇ ਇਹਨਾਂ ਦੇ, ਪਿਆਨੋ ਬਲੈਕ ਫਿਨਿਸ਼ ਵਾਲੇ। ਕੀ ਕੈਪ ਹੁੰਦਾ, ਕੀ ਹੁੰਦਾ ਉਹ ਬਈ? ਪਤਾ ਕਿੰਨਾ? 6500। ਅੱਛਾ ਵਿੱਚ ਉਹ ਨਾਲ ਕੰਪਲੀਟ ਸੈੱਟ ਤੇ ਫਿਟਿੰਗ ਦਾ ਅਲੱਗ ਤੋਂ ਕੁਛ, ਉਹ ਅਲੱਗ ਤੋਂ ਗੱਲ ਕਰਨੀ ਪਊਗੀ। ਬਾਕੀ ਹੋਰ ਨਿੱਕੀ ਮੋਟੀ ਅਸੈਸਰੀ ਦੇਖਦੇ ਆ, ਇੱਥੇ ਜੇ ਕੋਈ ਲੈਣ ਵਾਲੀ ਹੋਈ ਤਾਂ ਖਰੀਦ ਲਾਂਗੇ। ਫਿਲਹਾਲ ਆ ਫੋਗ ਲੈਂਪ ਵਾਲਾ। ਲਓ ਵੀਰੇ ਲੇਟ ਪਹਿਲੇ ਸੀ, ਇੱਕ ਹੋਰ ਕੰਮ ਹੋਇਆ ਪਿਆ ਗਾ, ਇਹ ਟਰਾਂਸਪੋਰਟ ਦੌਰਾਨ ਟੁੱਟ ਗਿਆ ਉਹ, ਪਰ ਹੋਰ ਪੀਸ ਮੰਗਾ ਰਹੇ ਨੇ ਬਾਈ, ਕਹਿੰਦੇ ਹੋਰ ਲਾ ਦਾਂਗੇ। ਤੇ ਇੱਕ ਆਪਾਂ ਬਾਕੀ ਚੈੱਕ ਕਰ ਰਹੇ ਸੀ ਡੈਸ਼ ਕੈਮ, ਹੁਣ ਰਿਜ਼ਲਟ ਹਲੇ ਫਾਈਨਲ ਨਹੀਂ ਹੋਇਆ ਇਹਨਾਂ 'ਚੋਂ ਕਿਹੜਾ ਕਰਨਾ ਗਾ, ਉਹ ਦੇਖਦੇ ਹਾਂ ਅੱਗੇ, ਫਿਊਚਰ ਦੱਸਦੇ ਹਾਂ ਤੁਹਾਨੂੰ ਕੀ ਬਣਦਾ। ਟਾਈਮ ਹੋ ਚੁੱਕਿਆ 1:26 ਵੀਰੇ, 2 ਨੂੰ ਆਪਾਂ ਏਜੰਸੀ ਪਹੁੰਚਣਾ। ਪਤਾ ਤੈਨੂੰ 2 ਨੂੰ ਏਜੰਸੀ। ਲਓ ਵੀਰੇ ਡੈਸ਼ ਕੈਮ ਦੀ ਵੀ ਸਲਾਹ ਸਲੂਹ ਕਰਕੇ ਮੁੰਡਿਆਂ ਨੇ ਫਾਈਨਲ ਕਰ ਲਈ। ਲਓ ਜੀ ਸਾਂਭੋ, ਇਹ ਵੀ ਲਵਾਉਣਾ, ਪੜ੍ਹ ਲਓ ਉਹਨੇ, ਤੁਸੀਂ ਇਹਦੇ ਬਾਰੇ ਜਾਣਕਾਰੀ ਇਕੱਠੀ ਕਰੋ। ਅਸੀਂ ਉੱਤੇ ਹੋਰ ਇੱਕ ਅੱਧੀ ਅਸੈਸਰੀ ਦੇਖਦੇ ਹਾਂ, ਨਾਲੇ ਸਕਰੀਨ ਗਾਰਡ ਲਵਾਉਣਾ ਸੀ ਉਹ ਦੇਖ ਲੈਂਦੇ ਹਾਂ। ਇੰਨਿਆਂ ਚੱਲ ਰਿਹਾ ਉੱਥੇ ਲੱਗੂ ਵੀਰੇ, ਉਹ ਸ਼ੀਸ਼ੇ ਕੋਲ ਡੈਸ਼ ਕੈਮ ਰਿਕਾਰਡਿੰਗ ਕਰਿਆ ਕਰੂ, ਜੋ ਅੱਜ ਸਟੰਟ ਹੋਇਆ, ਜੋ ਅੱਜ ਉਹ ਮਿਸ ਹੋ ਗਿਆ, ਇਹ 'ਚ ਕੈਪਚਰ ਹੋ ਜਾਇਆ ਕਰੂ ਸਾਰਾ ਕੁਛ। ਲਓ ਵੀਰੇ ਫਿਲਹਾਲ ਆਪਣਾ ਡੈਸ਼ ਕੈਮ ਵੀ ਬਸ ਲੱਗ ਹੀ ਚੁੱਕਿਆ ਗਾ, ਫਿਟਿੰਗ ਹੋ ਰਹੀ ਆ, ਅਤੇ ਇਹਦੇ 'ਚ ਸਾਰੇ ਫੀਚਰ ਨੇ। ਵਾਈਫਾਈ ਕੰਟਰੋਲ ਆ, ਕੋਈ ਮਤਲਬ ਹਿੱਟ ਕਰਦਾ ਬਾਏ ਚਾਂਸ ਗੱਡੀ ਨੂੰ ਉਹ ਵੀ ਹੈ। ਬਾਕੀ 1080 ਆ ਯੂਟਿਊਬ ਵਾਲੀ ਕੁਆਲਿਟੀ, ਅਤੇ ਪਾਰਕਿੰਗ ਵਾਲਾ ਵੀ ਹੈਗਾ ਇਹ 'ਚ 24 ਦੀ ਸਪੋਰਟ, ਵੀ ਪਾਰਕਿੰਗ 'ਚ ਲਾਉਣੀ ਆ 24 ਤੱਕ ਦੀ ਰਿਕਾਰਡਿੰਗ ਕਰੂਗਾ ਇਹ। ਉਹ ਜੇ ਆਪਾਂ ਔਨ ਕਰਦੇ ਹਾਂ ਉਹ ਤਾਂ ਗੀ, ਵੈਸੇ ਚੱਲਦੀ 'ਚ ਤਾਂ ਜਿਹੜੀ ਕਰਨੀ ਉਹ ਕਰਨੀ ਆ, ਕੋਈ ਹਿੱਟ ਕਰੂਗਾ ਗੱਡੀ ਨੂੰ ਖੜੀ ਨੂੰ ਉਹਦੇ, ਫਿਰ ਇਹ ਆਟੋਮੈਟਿਕ ਨਾਲ ਦੀ ਨਾਲ ਸੈਂਸਰ ਨਾਲ ਸਟਾਰਟ ਹੋ ਜੂਗਾ। ਉਹ ਵੀਰੇ ਪਰੌਂਠੇ ਜਨਤਾ ਦੇ ਆ ਚੁੱਕੇ ਨੇ, ਅਤੇ ਗੱਡੀ ਆਪਣੀ ਰੈਡੀ ਹੋ ਕੇ ਉਹ ਖੜੀ ਹੈ। ਤੁਹਾਨੂੰ ਲੁੱਕ ਚੈੱਕ ਕਰਾਉਣਾ ਉਹਦੀ ਫੋਗ ਲੈਂਪਾਂ ਤੋਂ ਬਾਅਦ ਕਿਹੋ ਜਿਹੀ ਲੱਗਦੀ ਆ, ਅਤੇ ਬਾਕੀ ਇੱਕ ਸਕਰੀਨ ਗਾਰਡ ਰਹਿ ਗਿਆ, 1-2 ਨੁਕੀਆਂ ਮੋਟੀਆਂ ਚੀਜ਼ਾਂ ਰਹਿ ਗਈਆਂ, ਉਹ ਲੈ ਕੇ ਆਪਾਂ ਇੱਥੋਂ ਚੱਲਦੇ ਹਾਂ। ਉਸ ਤੋਂ ਬਾਅਦ ਡੈਸ਼ ਕੈਮ ਦਾ ਮੈਮਰੀ ਕਾਰਡ ਲੈ ਕੇ 128 GB ਉਹ 'ਚ ਇੰਸਰਟ ਕਰ ਦਿੰਦੇ ਹਾਂ, ਫਿਰ ਉਹ 'ਚ ਆਪ ਹੀ ਰਿਕਾਰਡਿੰਗ ਹੋਈ ਜਾਇਆ ਕਰੂ, ਆਪ ਹੀ ਡਿਲੀਟ ਹੋਈ ਜਾਇਆ ਕਰੂ। ਲਓ ਵੀਰੇ ਆਹ ਕੁਛ ਬਣਿਆ ਆਪਣਾ ਬਿੱਲ, ਫੋਗ ਲਾਈਟ, ਡੈਸ਼ ਕੈਮ, ਅਤੇ ਆਹ ਸਕਰੀਨ ਗਾਰਡ, ਅਤੇ ਆਹ ਇੱਕ ਸੀਟ ਬੈਲਟ ਵਾਲਾ। ਟੋਟਲ ਬਣ ਗਿਆ 10,950। ਖੁਸ਼ ਹੈ ਇੰਨੇ ਪੈਸੇ ਲਵਾ ਕੇ ਮੇਰੇ? ਸਾਰਾ ਹਲੇ ਹੋਰ ਲਵਾਉਣ ਨੂੰ ਫਿਰਦਾ, ਸ਼ਰਮ ਚਾਹੀਦੀ ਹੈ ਯਾਰ ਬੰਦਿਆਂ ਨੂੰ। ਲਓ ਵੀਰੇ ਫਿਲਹਾਲ ਮੁੰਡੇ ਆਹ ਕੁਛ ਕਰਕੇ ਸ਼ੋਪ ਤੇ ਆਏ ਨੇ। ਹੈਂ ਵੀਰੇ, ਤਾਂ ਤੇਰੇ ਫੋਨ 'ਚ ਪ੍ਰੋਬਲਮ ਆ ਰਹੀ ਆ, ਕੁਛ ਗਰਮੀ ਵਾਲੀ ਆ। ਚੱਲ ਤੂੰ ਪੰਪ ਲਿਆ ਇੱਥੋਂ, ਮੁੰਡੇ ਲੈਣ ਆਏ ਨੇ ਪੰਪ ਆਪਦੇ ਕਾਰ ਵਾਸ਼ ਲਈ, ਅਤੇ ਉਹ ਸਮਾਨ ਲੈ ਕੇ ਇਦੋਂ ਬਾਅਦ ਆਪਾਂ ਏਜੰਸੀ ਚੱਲਦੇ ਹਾਂ, ਤਾਂ ਬੈਕ ਕੈਮਰਾ ਫਿੱਟ ਕਰਾ ਕੇ ਫਿਰ ਸਿੱਧਾ ਚੱਲਦੇ ਹਾਂ ਘਰ ਨੂੰ। ਲੈ ਬਾਈ ਮੁੰਡਿਆਂ ਨੇ ਪੰਪ ਵੀ ਲੈ ਲਿਆ, ਰੱਖ ਤਾ ਹੁਣ ਅੱਗੇ ਵੀਰੇ ਕਿੱਥੇ ਲੈ ਕੇ ਜਾਏਗਾ ਕੈਮਰਾ, ਲਵਾ ਦੇ ਸਾਡੀ ਗੱਡੀ ਦੇ, ਕਿਉਂ ਆਏ ਕਰ ਰਹੇ ਹਾਂ, ਕਰਾ ਦੇ ਕੋਈ ਤਾਂ ਕੰਮ ਕਰਾ ਦੇ ਵੀਰੇ। ਤਾਂ ਲੋਕ ਕੋਈ ਫਾਇਦਾ ਨਹੀਂ, ਇਹ ਤਾਂ ਉਹੀ ਪਾਏ ਹੋਏ ਨੇ, ਤਾਂ ਉਹਦੇ ਵੜਤੇ ਸੀ। ਚਲੋ ਵੀਰੇ ਚੱਲਦੇ, ਖੜ ਜਾ ਵੀਰੇ, ਡਿੱਗੀ ਨਹੀਂ ਲੱਗਣੀ ਜਿੱਥੇ ਤੂੰ ਰਖਾ ਗਿਆ, ਮੈਨੂੰ ਐਂ ਲੱਗ ਰਿਹਾ। ਪਰ ਗੋਲ ਹੈ, ਗੋਲ ਹੈ, ਲੱਗ ਜੂ ਗੋਲ ਹੈ, ਲੱਗ ਜੂ।
ਹੈ ਨਹੀਂ ਬਣ ਰਹੀ ਨਾ ਗੱਲ ਬਸ 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 ਬਹੁਤ ਆ ਲਓ ਵੀਰੇ ਆਹ ਕੁਛ ਬਿੱਲ ਆਪਣੇ ਪੰਪ ਦਾ ਆਪਣਾ ਮੇਨ ਜਿਹੜਾ ਵੈਕਿਊਮ ਕਲੀਨਰ ਆ ਉਹ ਹੋ ਗਿਆ 11 ਦਾ ਬਾਕੀ ਆ ਪਾਈਪ ਹੋ ਗਿਆ ਅਤੇ ਆ ਬਾਕੀ ਸਮਾਨ ਸਮੂਨ ਐਡ ਕਰਕੇ ਬਿੱਲ ਬਣਾ ਤਾ ਇਹਨਾਂ ਨੇ 14,000 ਬਹੁਤ ਖਰਚਾ ਹੋ ਗਿਆ ਅੱਜ ਵੀਰੇ ਇੰਨਾ ਖਰਚਾ ਬਹੁਤ ਲਈ ਆ ਬਹੁਤ ਆ ਮੇਰੇ ਹਿਸਾਬ ਨਾਲ ਅੱਜ ਲਈ ਹਾਲੇ ਤਾਂ ਡੱਗ ਹਾਲੇ ਤਾਂ ਆਪਾਂ ਸਟਾਰਟ ਵੀ ਨਹੀਂ ਕੀਤਾ ਪਹਿਲੀ ਪੈਸੇ ਲਾ ਲਾ ਤਾਂ ਹੁਣੇ ਕੰਮ ਲਏ ਹੋ ਗਏ ਹਾਲੇ ਕੈਮਰੇ ਲਈ ਜਾਣਾ ਬਾਈ ਹਾਲੇ ਕੈਮਰੇ ਦਾ ਖਰਚਾ ਪੈਂਡਿੰਗ ਆ ਨਹੀਂ ਬਰਨਾਲੇ ਵਾਲਾ ਤਾਂ ਹਾਲੇ ਪ੍ਰੋਸੈਸ ਬਰਨਾਲੇ ਵਾਲਾ ਤਾਂ ਇਹਨੂੰ ਪ੍ਰੋਸੈਸ ਆ ਵੀਰੇ ਉਹ ਤੇ ਇੱਕ ਦੋ ਦਿਨ ਲੱਗ ਸਕਦੇ ਆ ਦੇਖਦੇ ਆ ਫੋਨ ਕਰਦੇ ਆ ਜੈਨ ਬੀਲ ਵਾਲੇ ਨੂੰ ਫਿਰ ਪੁੱਛਦੇ ਆ ਉਹਨੂੰ ਵੀ ਲਾਏ ਦਾ ਕੀ ਬਣੂਗਾ ਅੱਜ ਪਊ ਕੱਲੂ ਪਊ ਕਦੋਂ ਪਊ ਲਓ ਵੀਰੇ ਫਿਲਹਾਲ ਚੱਲ ਰਿਹਾ ਆਪਣੇ ਕੈਮਰੇ ਦੀ ਫਿਟਿੰਗ ਏਜੰਸੀ ਆਪਾਂ ਦੁਬਾਰੇ ਆ ਚੁੱਕੇ ਆ ਬਾਕੀ ਕਹਿੰਦੇ ਸੀਰੀਜ਼ ਖੁੱਲ ਗਈ ਕਿਉਂ ਗੁਰਸਿਮਰਨ ਬਾਈ ਨੰਬਰ ਅੱਜ ਆਪਾਂ ਚੱਕ ਲੈਣਾ ਨੰਬਰ ਅੱਜ ਦੇਖਦੇ ਆ ਹਲੇ ਸਲਾਹਾਂ ਚੱਲ ਰਹੀਆਂ ਨੇ ਵੀ ਕਿਹੜਾ ਲੈਣਾ ਹਲੇ ਉੱਪਰ ਹਲੇ ਅਪਲਾਈਡ ਫੋਰ ਹੀ ਰੱਖਣੀ ਆ ਕੁਝ ਦਿਨ ਨੰਬਰ ਪਰ ਅੱਜ ਹੋ ਸਕਦਾ ਆਪਾਂ ਚੱਕ ਲਈਏ ਦੇਖਦੇ ਆ ਸੀਰੀਜ਼ ਖੁੱਲੀ ਆ ਨੰਬਰ ਚੈੱਕ ਕਰਦੇ ਆ ਕੀ ਅੱਛਾ ਨਿੰਬੂ ਪਾਣੀ ਆਇਆ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਲਓ ਵੀਰੇ ਆਪਣੀ ਆ ਫਾਈਨਲ ਫੱਟੀ ਲੱਗ ਚੁੱਕੀ ਆ ਕੈਮਰਾ ਆਪਣਾ ਲੱਗ ਗਿਆ ਓਕੇ ਹੋ ਗਿਆ ਤੁਹਾਨੂੰ ਕੁਆਲਿਟੀ ਚੈੱਕ ਕਰਾਉਣੇ ਹੁਣ ਤਾਂ ਟਾਈਮ ਪਾਸ ਆ ਭੋਲੇ ਗਰਮੋ ਗਰਮੀ ਹੋਇਆ ਭੋਲਾ ਖੜਾ ਹੀ ਗਰਮੋ ਗਰਮੀ ਹੋਇਆ ਪਿਆ ਕੰਮ ਬਾਈ ਕਰ ਰਹੇ ਆਪ ਖੜਾ ਗਰਮੋ ਗਰਮੀ ਆ ਕਮਾਲ ਦੀ ਗੱਲ ਹੈ ਯਾਰ ਭੋਲੇ ਲਓ ਬਾਈ ਆ ਕੈਮਰਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹੈਗੀ ਤਾਂ ਟਾਈਮ ਪਾਸ ਜੀ ਆ ਉਹ ਠੀਕ ਆ ਕੋਈ ਨਹੀਂ ਟਾਈਮ ਲੰਘ ਜੂ ਇੱਕ ਯਾਰ ਇਹਨਾਂ ਦਾ ਕੈਮਰਾ ਐਂਗਲ ਮੈਨੂੰ ਬੜਾ ਗਲਤ ਲੱਗਦਾ ਦੇਖੋ ਕਿੰਨਾ ਨੀਚੇ ਨੂੰ ਆ ਕੈਮਰਾ ਕਿੱਥੇ ਕੈਮਰਾ ਉਹ ਲੰਬਾ ਹੋਣਾ ਚਾਹੀਦਾ ਸਿੱਧਾ ਪਿੱਛੇ ਨੂੰ ਆਹ ਕੁਆਲਿਟੀ ਹੈ ਇਹਦੀ ਬਾਕੀ ਜਿਹੜਾ ਆਪਾਂ ਡੈਸ਼ ਕੈਮ ਲਵਾਇਆ ਇਹਦੀ ਮੈਂ ਇੱਕ ਅੱਧੀ ਰਿਕਾਰਡਿੰਗ ਬਲੌਗ 'ਚ ਪਾ ਦਿੰਦਾਗਾ ਤੁਹਾਨੂੰ ਕੁਆਲਿਟੀ ਦਾ ਪਤਾ ਲੱਗ ਜੂ ਲਓ ਜੀ ਮੁੰਡੇ ਪਹੁੰਚ ਚੁੱਕੇ ਨੇ ਧੂਰੀ ਧੂਰੀ ਦਾ ਮਤਲਬ ਕ੍ਰੋਸ ਕਰ ਲਿਆ ਧੂਰੀ ਤੋਂ ਇੱਕ ਆਪਾਂ ਬੰਦਾ ਚੱਕਿਆ ਕੀ ਹਾਲ ਚਾਲ ਆ ਵੀਰ ਤੇਰਾ ਠੀਕ ਆ ਵੀਰ ਤੂੰ ਵਧੀਆ ਚੱਲ ਰਹੀ ਆ ਜ਼ਿੰਦਗੀ ਤੇਰੀ ਠੀਕ ਆ ਤੇ ਹੁਣ ਆਪਾਂ ਚੱਲੇ ਆ ਸਿੱਧਾ ਜੈਨ ਵੀਲਸ ਦੇ ਸਿੱਧਾ ਦੇਵਾਂਗੇ ਤੁਹਾਨੂੰ ਇੱਕ ਸਰਪ੍ਰਾਈਜ਼ ਟਾਇਰ ਆਪਣਾ ਆਇਆ ਪਿਆ ਹੁਣ ਜਾ ਕੇ ਉੱਥੋਂ ਦੇਖਦੇ ਆ ਫਿੱਟ ਕਰਾ ਕੇ ਤੁਹਾਨੂੰ ਲੁੱਕ ਚੈੱਕ ਕਰਾਉਣੇ ਆ ਗੱਡੀ ਦੀ ਇਹ ਵੀ ਅੱਜ ਇੰਸਟੈਂਟ ਪਲਾਨ ਹੀ ਬਣ ਗਿਆ ਪਹਿਲਾਂ ਆਏ ਸੀ ਵੀ 5-7 ਦਿਨ ਤੱਕ ਪਵਾਵਾਂਗੇ ਹਲੇ ਵੀ ਟਾਈਮ ਲੱਗ ਜੂ ਅੱਜ ਇੰਸਟੈਂਟ ਪਲਾਨ ਬਣ ਗਿਆ ਹੁਣ ਸਿੱਧਾ ਚੱਲ ਜਾ ਰਹੇ ਆ ਬਰਨਾਲੇ ਬਰਨਾਲੇ ਜਾ ਕੇ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਵੈਸੇ ਲੇਟ ਅਸੀਂ ਆਲਰੇਡੀ ਬਹੁਤ ਹੋ ਚੁੱਕਿਆ 7:40 ਹੋ ਗਏ ਲਾ ਲਓ ਸਾਹਿਬ ਵੀ ਅਸੀਂ 9-10 ਵਜੇ ਮੁੜ ਕੇ ਆਵਾਂਗੇ ਬਾਕੀ 1-2 ਵੀ ਵੱਜ ਸਕਦੇ ਆ ਤੇਜ਼ੀ 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 ਵਾਲੀ ਵੇਲੇ 1-2 ਵੱਜ ਗਏ ਸੀ ਵੱਜ ਸਕਦੇ ਆ ਬਹੁਤ ਨਾਰਮਲ ਗੱਲ ਆ ਬੜੀ ਵੱਡੀ ਗੱਲ ਨਹੀਂ ਆਪਣੇ ਪਤਾ ਨਹੀਂ ਯਾਰ ਆਹ ਟਾਈਮ ਹੋ ਜਾਂਦੇ ਨੇ ਆਪਣੇ ਕੰਮ ਚੱਲ ਵਧੀਆ ਵੈਸੇ ਦੁਕਾਨ ਫ੍ਰੀ ਹੁੰਦੀ ਆ ਇਹ ਗੱਲ ਤਾਂ ਹੈਗੀ ਆ ਪਹਿਰੇ ਤਾਂ ਵੀਰ ਬਹੁਤ ਜ਼ਿਆਦਾ ਗਰਮੀ ਠੀਕ ਆ ਕੰਮ ਇਹ ਤਾਂ ਗੱਲ ਹੈਗੀ ਆ ਅੱਜ ਅਸੀਂ ਗਰਮੀ ਚ ਵੀ ਕੰਮ ਪੂਰੇ ਕੀਤੇ ਤੀਜੀ ਤੇਰੇ ਵਾਂਗੂ ਨੀ ਵੀ ਹਾਰ ਮੰਨ ਕੇ ਬਹਿ ਗਏ ਐ ਤਾਂ ਕੀ ਹਾਂ ਕੀ ਆਏ ਹੇਟ ਹੇਟ ਗਰਮੀ ਆਏ ਹੇਟ ਉੱਤਰ ਜਾ ਵੀਰ ਫਿਰ ਉੱਤਰਨਾ ਚਾਹੇਗਾ ਤੂੰ ਗੱਡੀ ਚੋਂ ਫਿਰ ਮੌਸਮ ਅੱਛਾ ਤਾਂ ਹੀ ਤਾਂ ਕਹਿ ਰਹੇ ਉੱਤਰ ਜਾ ਹੁਣ ਕਿਹੜਾ ਗਰਮੀ ਆ ਹੈ ਦੇਖ ਲੈ ਜੇ ਉੱਤਰਨਾ ਚਾਹਣਾ ਉੱਤਰ ਲੈ ਨਿਆਣੇ ਦਾ ਨੇੜੀ ਲੈ ਹਲੇ ਤਾਂ ਨੇੜੀ ਆ ਕੋਈ ਲੈ ਜੂਗਾ ਹੈ ਬੋਲਦਾ ਨਹੀਂ ਚਲ ਐਂ ਤਾਂ ਦੱਸ ਦੇ ਬਲੈਰੋ ਕਦੋਂ ਆਊ ਯਾਰ ਸਹੀ ਸਹੀ ਟਾਈਮ ਸ਼ਨੀਵਾਰ ਸ਼ਨੀਵਾਰ ਤੱਕ ਵੀਰੇ ਆਪਣੀ ਬਲੈਰੋ ਵੀ ਆ ਜਾਣੀ ਆ ਫਿਰ ਦੋਨਾਂ ਦੀ ਇਕੱਠੀ ਵੀਡੀਓ ਪਾਉਣੇ ਆ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਵੀ ਕਰ ਦਿਓ ਲਓ ਵੀਰੇ ਫਿਲਹਾਲ ਆਪਾਂ ਫਾਈਨਲੀ ਪਹੁੰਚ ਚੁੱਕੇ ਆ ਬਰਨਾਲੇ 8:10 ਤੇ ਆ ਚੁੱਕੇ ਆ ਜੈਨ ਬੀਲ ਦੀ ਦੁਕਾਨ ਤੇ ਹੁਣ ਦੇਖਦੇ ਆ ਅਲੋਏ ਦਾ ਕੀ ਬਣ ਲਓ ਵੀਰੇ ਅਲੋਏ ਸਿਲੈਕਸ਼ਨ ਚੱਲ ਰਹੀ ਆ ਵਿੱਚ ਬਾਈ ਆਹ ਵੀ ਚੱਕੀ ਖੜਾ ਕਹਿੰਦਾ ਆਹ ਪਾ ਦਾਂਗੇ ਉਹ ਬਾਈ ਚੱਕੀ ਖੜਾ ਕਹਿੰਦਾ ਆਹ ਵੀ ਪਾ ਦਾਂਗੇ ਕਹਿੰਦਾ 4 ਅੱਡ-ਅੱਡ ਪਾ ਦੇਣੇ ਆ ਬਾਈ ਕਹਿੰਦਾ 4 ਅੱਡ-ਅੱਡ ਪਾ ਦੇਣੇ ਜਿੱਧਰ ਨੂੰ ਜਾਣਾ ਕਹਿੰਦਾ ਕੱਢਦੇ 4 ਅੱਡ-ਅੱਡ ਪਾ ਕੇ ਦੂੰਗਾ ਲਓ ਵੀਰੇ ਸਿਲੈਕਸ਼ਨ ਦਾ ਪਹਿਲਾ ਅਲੋਏ ਪੈ ਚੁੱਕਿਆ 22 ਇੰਚ ਦਾ ਬਾਕੀ ਲੁੱਕ ਤੁਹਾਨੂੰ ਜਦੋਂ ਜੈਕ ਉੱਤਰ ਗਿਆ ਸਾਰੀ ਕਲੀਅਰ ਹੋ ਜੂਗੀ
ਹੁਣ ਅੱਗੇ ਦੇਖਦੇ ਆ ਅੱਗੇ ਦੂਜਾ ਪੀਸ ਪਾਉਣਾ, ਕਿਹੜਾ ਪੀਸ ਪਸੰਦ ਆਉਂਦਾ ਉਹ ਪਾਵਾਂਗੇ, ਕਿਹੜਾ ਪਵਾਏਗਾ ਵੀਰ? ਉਹ ਆ ਗਿਆ ਬਾਈ, ਆ ਗਿਆ ਉਹ ਆਉਂਦਾ ਲਈ ਬਾਈ, ਉਹ ਨੀ ਪਾਉਣਾ ਹੈਗਾ, ਪਰ ਆਪਾਂ ਉਹ ਨੀ ਪਾਉਣਾ ਹੈਗਾ, ਆਪਣਾ ਹੋਰ ਹੈ, ਗਲਤ ਡਿਸੀਜਨ ਲੈ ਗਏ ਸੀ। ਬਾਕੀ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ, ਇਹਦੀ ਆ ਸੈਂਟਰ ਪਲੇਟ ਘੁੰਮਦੀ ਹੈ ਨੀ, ਇੱਕ ਜਗ੍ਹਾ ਰਹਿੰਦੀ ਹੈ, ਸਟੇਬਲ ਸਟੇਬਿਲਟੀ ਹੈ। ਲਓ ਵੀਰੇ ਲਓ, ਇੱਕ ਆਹ ਵੀ ਕੱਢਿਆ ਸੀ ਪਰ ਇਹ ਆਪਣੀ ਗੱਡੀ 'ਚ ਫਿੱਟ ਨਹੀਂ ਹੋਇਆ, ਇਸ ਕਰਕੇ ਤੇਜ਼ੀ ਸਾਈਡ ਹੋ ਗਿਆ। ਮੈਨੂੰ ਤਾਂ ਕੋਈ ਚੱਕਰ ਨਹੀਂ, ਤੇਜ਼ੀ ਪਤਾ ਨਹੀਂ ਕਿਉਂ ਦੁਖੀ ਹੋਈ ਜਾਂਦਾ। ਤੇਜ਼ੀ ਕੀ ਹੋਇਆ ਤੈਨੂੰ ਵੀਰ, ਇੰਨਾ ਦੁਖੀ ਕਿਉਂ? ਤੂੰ ਬਲੈਰੋ ਕਿੱਥੇ ਦੱਚ ਬੋਲਦਾ ਨੀ, ਘਰੇ ਖੜੀ ਆ ਵੀਰ, ਖੜੀ ਹੋਈ ਆ, ਆਹ ਫਿੱਟ ਨਹੀਂ ਆਇਆ। ਹੁਣ ਹੋਰ ਅਲੋਏ ਕੱਢ ਕੇ ਦੇਖਦੇ ਹਾਂ ਵੀ ਕੀ ਗੱਲ ਬਣਦੀ ਆ। ਲਓ ਵੀਰੇ, ਦੋ ਅਲੋਏ ਪੈ ਚੁੱਕੇ ਨੇ, ਇੱਕ ਆ ਕਰੋਮ 'ਚ ਅਤੇ ਇੱਕ ਆਹ। ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਲੁੱਕ ਕਿਹਦੀ ਵਧੀਆ ਆਉਂਦੀ ਆ। ਬਾਕੀ ਅਸੀਂ ਐਂਡ ਤੱਕ ਤੁਹਾਨੂੰ ਪਾ ਕੇ ਦੱਸ ਦਾਂਗੇ, ਜਦੋਂ ਤੁਸੀਂ ਵਲੌਗ ਦੇਖਣਾ ਉਦੋਂ ਤਾਂ ਅਸੀਂ ਪਾ ਲੈਣਾ, ਪਰ ਫਿਰ ਵੀ ਕਮੈਂਟ ਕਰ ਦਿਓ, ਚੇਂਜ ਕਰਨਾ ਪਿਆ ਆਪਾਂ ਚੇਂਜ ਵੀ ਕਰ ਲਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੱਡੀ। ਲਓ ਵੀਰੇ, ਲਾਇਆ ਆਪਣਾ ਪੈ ਚੁੱਕਿਆ, ਹੁਣ ਫਿਲਹਾਲ ਚੈੱਕ ਹੋ ਰਿਹਾ ਵੀ ਕਿਸੇ ਪਾਸੇ ਲੱਗਦਾ ਲੁਗਦਾ ਤਾਂ ਨਹੀਂ ਹੈਗਾ, ਚੈਕਿੰਗ ਕਰਕੇ ਫਿਰ ਓਕੇ ਰਿਪੋਰਟ ਕਰਕੇ ਕੱਸ ਦੇਣਾ, ਫਾਈਨਲ ਕਰ ਦੇਣਾ। ਲੈ ਬਾਈ, 11:01 ਹੋ ਗਏ, 31 ਮਿੰਟ ਆਹ ਪਵਾ ਲਿਆ ਮੁੰਡੇ ਲੋਏ, ਲੁੱਕ ਤੁਸੀਂ ਦੇਖ ਸਕਦੇ ਹੋ 22 ਇੰਚੀ ਲੋਏ ਆ। ਬਾਕੀ ਉਹ ਆਪਣੀ ਜਿੰਨ 'ਤੇ ਇੱਕ ਬੰਦਾ ਬੈਠਾ। ਬਾਕੀ ਤੁਹਾਨੂੰ ਪ੍ਰੋਫਾਈਲ ਮੈਂ ਇਹਦੀ ਚੈੱਕ ਕਰਾ ਦਿੰਦਾ, ਰੀਵੋ ਦਾ ਟਾਇਰ ਹੈ, ਪ੍ਰੋਫਾਈਲ ਇਹਦੀ ਆ ਸੀ, ਦਿਖ ਰਹੀ ਹੈ, ਹਾਂ 285/40R22 ਕੰਫਰਟੇਬਲ ਚੱਲ ਰਿਹਾ ਫਿਲਹਾਲ ਤਾਂ। ਬਾਕੀ ਦੇਖਦੇ ਹਾਂ ਜੇ ਉੱਚੇ ਥੱਲੇ ਕੋਈ ਪ੍ਰੋਬਲਮ ਦਊਗਾ ਤਾਂ ਤੁਹਾਨੂੰ ਅੱਗੇ ਦੱਸ ਦਾਂਗੇ, ਹਲੇ ਫਿਲਹਾਲ ਵਧੀਆ ਚੱਲ ਰਿਹਾ, ਡਰਾਈਵ ਕਰਕੇ ਲਿਆਏ ਹਾਂ, ਹੁਣ ਅੱਗੇ ਦੇਖਦੇ ਹਾਂ ਕੀ ਬਣਦਾ।